ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਿ ਸੰਗਤ ਜੀ। ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰੇ ਉਹ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ, ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰੇ ਉਹ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ ਜਿੱਥੇ ਜੀ ਦੇ ਆ ਪਰਵਾਨ ਪਾਰਕ ਦੀ ਉਸਾਰੀ ਚੱਲ ਰਹੀ, TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦੇ ਆ ਪਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ, ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ, ਇਹ ਸਰਾਮ ਹੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋਰ ਤੁਹਾਡੇ
ਕਿਣਕੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, ਦੋ ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹੇ। ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ, ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ ਇੱਕ ਤੇਰੀ ਦੀ, ਦੋ ਤੇਰੀਆਂ ਦੀ, ਪੰਜ ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ ਤੁਸੀਂ TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰੱਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ, ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ, 98150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੁੱਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤਾਂ ਇਹ ਨਵੀਂ ਚਿੱਪ ਆ ਗਈ ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਅਤੇ ਚੁਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ।
ਨੰਬਰ ਹੈ 9879509004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿੱਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ, ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਅਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ 'ਤੇ ਵੀ ਚੱਲਦਾ ਹੈ, ਭਾਵੇਂ ਉਹਨਾਂ ਨੰਬਰਾਂ 'ਤੇ ਸੰਪਰਕ ਕਰ ਲਿਓ। ਅਤੇ ਜਿਹੜਾ ਮੈਂ ਬੋਲਿਆ 9875509004, ਭਾਵੇਂ ਉਹਦੇ 'ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ, ਚੌਥੀ ਕਿਤਾਬ ਹੈ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ। ਵਾਹਿਗੁਰੂ 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 ਵਾਹਿਗੁਰੂ।
Yeah.
Hey, 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 hey
Guru, 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 Gu
ਸਿਤਾਰੇ ਬਦਲ ਜਾਣਗੇ, ਨਿਗਾਹ ਬਦਲਣ ਦੇ ਨਾਲ ਨਜ਼ਾਰੇ ਬਦਲ ਜਾਣਗੇ। ਕਿਸ਼ਤੀ ਬਦਲਣ ਦੀ ਜ਼ਰੂਰਤ ਨਹੀਂ ਤੈਨੂੰ ਪਿਆਰਿਆ, ਦਿਸ਼ਾ ਬਦਲੇਗਾ ਤੇ ਕਿਨਾਰੇ ਵੀ ਬਦਲ ਜਾਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਸ਼ਤੀ ਬਦਲਣ ਦੀ ਤੈਨੂੰ ਲੋੜ ਨਹੀਂ, ਦਿਸ਼ਾ ਬਦਲੇਗਾ ਤੇ ਕਿਨਾਰੇ ਵੀ ਬਦਲ ਜਾਣਗੇ। ਸੋਚ ਬਦਲ, ਜਿਹੋ ਜੀ ਸੋਚ ਬਣਾਏਗਾ ਉਹੋ ਜਿਹਾ ਹੀ ਸਿਸਟਮ ਤੇਰੀ ਝੋਲੀ ਵਿੱਚ ਵੀ ਵਾਪਸ ਆਉਂਦਾ ਜਾਏਗਾ। ਤਾਂ ਹੀ ਤੇ ਮਹਾਰਾਜ ਨੇ ਕਿਹਾ, ਸੁਖੀ ਏ ਕੋ ਭੇਖੈ ਸਭ ਸੁਖੀ ਆ, ਰੋਗੀ ਕੇ ਭਾਣੇ ਸਭ ਰੋਗੀ। ਜਿਹੜਾ ਰੋਗੀ ਹੈ ਨਾ, ਉਹਨੂੰ ਲੱਗਦਾ ਸਾਰੇ ਰੋਗੀ ਨੇ, ਚੋਰ ਨੂੰ ਸਾਰੇ ਚੋਰ ਨਜ਼ਰ ਆਉਂਦੇ। ਉਹਦੇ ਸਾਹਮਣੇ ਕੋਈ ਕਮਾਈ ਵਾਲਾ ਗੁਰਮੁਖ ਪਿਆਰਾ ਵੀ ਆ ਜਾਏਗਾ ਨਾ, ਉਹਨੇ ਕਹਿਣੇ ਚੋਰ ਏ, ਕਿਉਂ ਆਪਣੇ ਅੰਦਰ ਚੋਰੀ ਹੈ। ਜਿਹੜਾ ਜੋਗੀ ਉਹਨੂੰ ਜੋਗੀ ਨਜ਼ਰ ਆਉਣਗੇ, ਸੰਤ ਨੂੰ ਸਾਰੇ ਸੰਤ ਨਜ਼ਰ ਆਉਣਗੇ, ਕਿਉਂ ਸੋਚ ਉਹੋ ਜੀ, ਸੋਚ ਸੋਚ ਜਿਹੋ ਜੀ ਰੱਖੋਗੇ ਉਹੋ ਜਿਹੇ ਸਿਸਟਮ ਤੁਹਾਨੂੰ ਸਾਰੇ ਪਾਸੇ ਨਜ਼ਰ ਆਏਗਾ। ਪੋਜ਼ਿਟਿਵ ਸੋਚ ਰੱਖੋ, ਚੰਗੀ ਸੋਚ ਰੱਖੋ, ਔਰ ਸਾਨੂੰ ਕਿਸ਼ਤੀਆਂ ਨੂੰ ਬਦਲਣ ਦੀ ਲੋੜ ਨਹੀਂ, ਦਿਸ਼ਾ ਬਦਲੋ ਆਪਣੀ ਦਿਸ਼ਾ। ਜਦੋਂ ਦਿਸ਼ਾ ਬਦਲੋਗੇ ਕਿਨਾਰੇ ਵੀ ਬਦਲ ਜਾਣਗੇ। ਅਸੀਂ ਦਿਸ਼ਾ ਕਈ ਵਾਰੀ ਗਲਤ ਚੁਣੀ ਹੁੰਦੀ ਹੈ, ਸੱਚਾਈ ਹੈ। ਅਸੀਂ ਦਿਸ਼ਾ ਚੁਣ ਲੈਂਦੇ ਹਾਂ ਕਈ ਵਾਰੀ ਧਾਗੇ ਤਵੀਤਾਂ ਵਾਲੀ, ਅਸੀਂ ਦਿਸ਼ਾ ਚੁਣ ਲੈਂਦੇ ਹਾਂ ਪਿਆਰਿਓ ਜਾਦੂ ਟੂਣੇ ਮੰਤਰ ਤਵੀਤਾਂ ਵਾਲੀ, ਅਸੀਂ ਦਿਸ਼ਾ ਕਈ ਵਾਰੀ ਚੁਣ ਲੈਂਦੇ ਹਾਂ ਜਿੱਥੇ ਗੁਰਮਤ ਨਹੀਂ ਉਹ ਵਾਲੀ। ਹਾਂਜੀ, ਦਿਸ਼ਾ ਚੁਣੀਏ ਅੰਮ੍ਰਿਤ ਵੇਲੇ ਵਾਲੀ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਦਿਸ਼ਾ ਚੁਣੀਏ ਚੁਪਹਿਰੇ ਕੱਟਣੇ ਨੇ ਆਹ ਵਾਲੀ, ਦਿਸ਼ਾ ਚੁਣੀਏ ਮੈਂ ਰਹਿਣ ਸਬਾਈਆਂ ਕੱਟਣੀਆਂ ਨੇ ਆਹ ਵਾਲੀ। ਜਦੋਂ ਆਹ ਦਿਸ਼ਾ ਚੁਣ ਲੋਗੇ ਨਾ, ਫਿਰ ਕੋਈ ਵੀ ਤੁਹਾਡਾ ਅਸੰਭਵ ਕੰਮ ਵੀ ਅਸੰਭਵ ਨਹੀਂ ਰਹਿ ਜਾਏਗਾ। ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡੇ ਹਰ ਅਸੰਭਵ ਕੰਮ ਨੂੰ ਵੀ ਸੰਭਵ ਬਣਾ ਦੇਣਗੇ। ਆਪਣੀ ਦਿਸ਼ਾ ਬਦਲ, ਦਿਸ਼ਾ ਦਿਸ਼ਾ, ਇਹ ਮੇਰੀ ਬੇਨਤੀ ਹੈ, ਦਿਸ਼ਾ ਬਦਲ। ਅਸੀਂ ਗਲਤ ਡਾਇਰੈਕਸ਼ਨ ਵੱਲ ਕਈ ਵਾਰੀ ਤੁਰਦੇ, ਉਧਰ ਨਹੀਂ ਤੁਰਨਾ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣਿਓ, ਇਹ ਵੀ ਬੜਾ ਤੁਹਾਨੂੰ ਨਾ ਮੋਟੀਵੇਟ ਕਰੇਗੀ। ਇਹ ਜਿੰਨੀਆਂ ਗੱਲਾਂ ਮੈਂ ਕਰਦਾ ਤੁਹਾਨੂੰ ਸਭ ਨੂੰ ਪਤਾ, ਘਰੇਲੂ ਤੌਰ ਦੀਆਂ ਕਰਦਾ, ਆਮ ਗ੍ਰਸਤੀਆਂ ਵਾਂਗੂ ਕਰਦਾ। ਔਰ ਜਿਹੜੇ ਮੇਰੇ ਨਜ਼ਦੀਕੀ ਨੇ, ਜਿਨ੍ਹਾਂ ਨੇ ਮੈਨੂੰ ਕੋਲ ਹੋ ਕੇ ਵੇਖਿਆ, ਉਹਨਾਂ ਨੂੰ ਵੀ ਪਤਾ ਹੈ
ਜਿਹਨੂੰ ਵੀ ਮੈਂ ਮਿਲਦਾ ਆਮ ਗ੍ਰਸਤੀਆਂ ਵਾਂਗੂ ਮਿਲਦਾ, ਕਦੀ ਕੀਰਤਨੀਏ ਬਣ ਕੇ ਬਾਬੇ ਬਣ ਕੇ ਕਦੀ ਨਹੀਂ ਮਿਲੇ, ਸੰਤ ਬਣ ਕੇ ਨਹੀਂ ਮਿਲੇ, ਜੇ ਤੁਹਾਡੇ ਵਰਗੇ ਹੀ ਆ। ਆਖੋ ਧੰਨ ਗੁਰੂ ਰਾਮਦਾਸ ਜੀ। ਕੋਈ ਕਹਿੰਦਾ ਜੀ ਆਹ ਕੰਮ ਨਹੀਂ ਬਣਦਾ, ਮੈਂ ਕਹਿੰਦਾ ਹੀ ਨਹੀਂ ਬਾਣੀ ਪੜ੍ਹ ਲਓ, ਆਪੇ ਕਾਰਜ ਰਾਸ ਹੋ ਜਾਣੇ, ਚੁਪਹਿਰੇ ਕੱਟ ਲਓ। ਔਰ ਕੰਨਿਆਂ ਦੇ ਕਾਰਜ ਰਾਸ ਹੋ ਰਹੇ। ਮੈਂ ਇੱਥੇ ਬੈਠਾ ਸਾਂ, ਭੈਣ ਬੈਠੀ ਹੈ ਸੰਗਤ 'ਚ, ਬੱਚੀ ਦਾ ਕਹਿੰਦੀ ਕੈਨੇਡਾ ਦਾ ਵੀਜ਼ਾ ਲੱਗ ਗਿਆ, 1 ਤਰੀਕ ਦੀ ਫਲਾਈਟ। ਬਚਨ ਮੰਨੇ ਆ, ਬਾਣੀ ਨਾਲ ਜੁੜੇ ਕਾਰਜ ਰਾਸ ਹੋ ਗਏ ਨਾ, ਅੰਮ੍ਰਿਤ ਵੇਲਾ ਸੰਭਾਲਿਆ, ਰੈਣ ਸਬਾਈਆਂ ਕੱਟੀਆਂ, ਚੁਪਹਿਰੇ ਕੱਟੇ, ਕਾਰਜ ਰਾਸ ਹੋ ਗਏ ਨਾ। ਇੱਥੇ ਇੱਕ ਭੈਣ ਹੋਰ ਡੱਬਾ ਫੜਾ ਕੇ ਗਈ, ਮੇਰੀ ਬੱਚੀ ਨੇ ਫਲਾਣੀ ਪੜ੍ਹਾਈ ਦੇ ਪੇਪਰ ਦਿੱਤੇ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੇ ਤਰਸ ਕੀਤਾ, ਉਹ ਪੇਪਰਾਂ ਦੇ ਵਿੱਚ ਪਤਾ ਹੀ ਨਹੀਂ ਲੱਗਾ ਕਿਵੇਂ ਉਹ ਪੇਪਰ ਹੋ ਗਏ। ਇਹ ਕੌਣ ਕਰਦਾ? ਜਦੋਂ ਤੂੰ ਦਿਸ਼ਾ ਬਦਲੀਏ ਨਾ ਆਪਣੀ ਦਿਸ਼ਾ, ਫਿਰ ਸਾਰੇ ਕੰਮ ਆਪੇ ਰਾਸ ਹੋਣੇ ਸ਼ੁਰੂ ਹੋ ਜਾਂਦੇ। ਔਰ ਜਿੰਨੀਆਂ ਮੈਂ ਗੱਲਾਂ ਕੀਤੀਆਂ ਜਾਂ ਕਰਦਾ, ਗ੍ਰਸਤੀ ਬਣ ਕੇ ਕਰਦਾ, ਆਮ ਗ੍ਰਸਤੀਆਂ ਵਾਂਗੂ ਵਿਚਰਦਾ, ਆਮ ਗ੍ਰਸਤੀਆਂ ਵਾਂਗੂ ਮਹਾਰਾਜ ਜੀ ਦੀ ਮਿਹਰ ਨਾਲ। ਕੋਈ ਨਾ ਅੱਜ ਤੱਕ ਢੋਂਗ ਬਣਾਇਆ ਤੇ ਅਰਦਾਸ ਕਰਿਓ, ਨਾ ਹੀ ਮੈਂ ਕਦੀ ਆਉਣ ਵਾਲੇ ਸਮੇਂ 'ਚ ਇਹ ਬਣਾਵਾਂ। ਆਖੋ ਧੰਨ ਗੁਰੂ ਰਾਮਦਾਸ ਜੀ। ਔਰ ਸੰਗਤਾਂ, ਪਰਿਵਾਰਕ ਮੈਂਬਰ, ਹਰ ਇੱਕ ਨੂੰ ਪਰਿਵਾਰਕ ਮੈਂਬਰਾਂ ਵਾਂਗੂ ਗੱਲਾਂ ਕਰਦਾ। ਅਸੀਂ ਵਲੌਗ ਪਾਉਣੇ ਸ਼ੁਰੂ ਕੀਤੇ, ਸਭ ਨੂੰ ਪਤਾ ਬੱਚਿਆਂ ਦਾ ਚੈਨਲ ਬਣਿਆ, ਹਰ ਸਿਫਤ ਕੌਰ ਵਲੌਗ, ਹਰ ਸਹਿਜ ਸਿੰਘ ਵਲੌਗ, ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਕਰ ਲਿਓ ਜ਼ਰੂਰ। ਉਹ ਕਿਤੇ ਸਾਨੂੰ ਸ਼ੰਖ ਲੱਭਿਆ, ਘਰੋਂ ਮੈਂ ਸ਼ੰਖ ਵਜਾਉਣਾ ਸ਼ੁਰੂ ਕਰਤਾ ਬੱਚਿਆਂ ਨਾਲ, ਬੱਚੇ ਬਣ ਗਏ ਹੈਂਜੀ, ਉਹ ਤੁਸੀਂ ਵੇਖਿਆ ਸਾਰਾ ਕੁਝ। ਮੇਰਾ ਪਿੱਛੇ ਜਨਮ ਦਿਨ ਸੀ, ਉਹ ਗ੍ਰਸਤੀਆਂ ਵਾਂਗੂ ਬਣਾਇਆ, ਗ੍ਰਸਤੀਆਂ ਵਾਂਗੂ ਕਿ ਨਹੀਂ ਯਾਰ, ਫੈਮਿਲੀ ਹੈ। ਅਤੇ ਉਹ ਫਿਰ ਚੀਜ਼ ਆਪਣੇ ਤੱਕ ਨਹੀਂ, ਆਪਣੇ ਆਪ ਪਰਿਵਾਰਕ ਮੈਂਬਰਾਂ ਤੱਕ ਭੇਜ ਦੇਣਾ। ਅਤੇ ਇੰਨੀ ਸੰਗਤ ਖੁਸ਼ ਹੁੰਦੀ, ਇੰਨੀਆਂ ਸੀਸਾਂ ਦੇ ਰਹੀ ਸੰਗਤ, ਮੈਂ ਕਹਿੰਦਾ ਸ਼ੁਕਰ ਹੈ, ਸੜਨ ਵਾਲਿਆਂ ਨੇ ਤਾਂ ਸੜੀ ਜਾਣਾ। ਆਖੋ ਧੰਨ ਗੁਰੂ ਰਾਮ, ਉਹਨਾਂ ਨੂੰ ਤੇ ਕੋਈ ਸੈੱਟ ਕਰ ਹੀ ਨਹੀਂ ਸਕਦਾ ਹੈਂਜੀ, ਸੋਨੇ ਦੇ ਵੀ ਬਣ ਜੋਗੇ ਨਾ, ਕੋਈ ਉਹਨਾਂ ਨੂੰ ਸੈੱਟ ਨਹੀਂ ਕਰ ਸਕਦਾ, ਉਹਨਾਂ ਨੇ ਨੁਕਸ ਲੱਭ ਹੀ ਲੈਣਾ। ਸੜਨ ਵਾਲਿਆਂ ਨੇ ਸੜੀ ਜਾਣਾ, ਸੜੀ ਜਾਣਾ, ਸੜੀ ਜਾਣਾ, ਤੇ ਪਿਆਰ ਵਾਲਿਆਂ ਨੇ ਪਿਆਰ ਦਈ ਜਾਣਾ, ਦਈ ਜਾਣਾ, ਸੀਸਾਂ ਦਈ ਜਾਣੀਆਂ। ਤੇ ਮੈਂ 2% ਸੜੇ ਜਿਹੜੇ ਸੜਦੇ ਨੇ ਉਹਨਾਂ ਵੱਲ ਨਹੀਂ ਵੇਖਦਾ, ਜਿਹੜੇ 98% ਸੀਸਾਂ ਦਿੰਦੇ ਮੈਂ ਉਹਨਾਂ ਦੀ ਫਿਕਰ ਕਰਦਾ। ਜਿੰਨੀਆਂ ਅਸੀਂ ਗੱਲਾਂ ਕਰਦੇ ਗ੍ਰਸਤੀਆਂ ਵਾਂਗ ਕਰਦੇ ਹਾਂ, ਤੇ ਜਿਹੜੀ ਅਗਲੀ ਗੱਲ ਹੈ ਨਾ, ਇਹ ਵੀ ਗ੍ਰਸਤ ਜੀਵਨ ਵਿੱਚ ਬੜੀ ਕੰਮ ਆਏਗੀ। ਮਾਫੀ ਮੰਗਣ ਦੇ ਨਾਲ ਕਦੇ ਇਹ ਸਾਬਤ ਨਹੀਂ ਹੁੰਦਾ ਸੀ ਗਲਤਾਂ ਤੇ ਦੂਜਾ ਸਹੀ ਹੈ, ਭਾਵੇਂ ਤੁਸੀਂ ਸਹੀ ਹੋਵੋ, ਸੁਣਿਓ, ਮਾਫੀ ਮੰਗਣ ਦੇ ਨਾਲ ਭਾਵੇਂ ਤੁਸੀਂ ਸਹੀ ਹੋ ਨਾ, ਮਾਫੀ ਮੰਗ ਲਈ, ਮਾਫੀ ਮੰਗਣ ਦੇ ਨਾਲ ਕਦੀ ਇਹ ਸਾਬਤ ਨਹੀਂ ਹੁੰਦਾ। ਜੇ ਤੁਹਾਡੀ ਗਲਤੀ ਹੈ ਵੀ ਹੈ ਤਾਂ ਵੀ ਮੰਗ ਲਿਆ ਕਰੋ, ਨਹੀਂ ਹੈ ਤਾਂ ਵੀ ਚੁੱਕ ਲਿਆ ਕਰੋ, ਕੋਈ ਫਰਕ ਨਹੀਂ ਪੈਣਾ। ਆਮ ਪਰਿਵਾਰਕ ਤੌਰ ਦੀ ਮੈਂ ਗੱਲ ਕਰਦੇ ਹਾਂ, ਪਰਿਵਾਰ ਦੇ ਵਿੱਚ ਮਾਫੀ ਮੰਗਣ ਦੇ ਨਾਲ ਕਦੀ ਇਹ ਸਾਬਤ ਨਹੀਂ ਹੁੰਦਾ ਸੀ ਗਲਤ ਤੇ ਦੂਜਾ ਸਹੀ। ਮਾਫੀ ਮੰਗਣ ਦਾ ਅਸਲੀ ਮਤਲਬ ਪਤਾ ਕੀ ਹੁੰਦਾ ਹੈ? ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਮੇਰੇ ਅੰਦਰ ਰਿਸ਼ਤਾ ਨਿਭਾਉਣ ਦੀ ਜ਼ਿਆਦਾ ਕਾਬਲੀਅਤ ਦਿੱਤੀ ਹੋਈ ਹੈ, ਮੇਰੇ ਅੰਦਰ ਰਿਸ਼ਤਾ ਨਿਭਾਉਣ ਦੀ ਜ਼ਿਆਦਾ ਕਾਬਲੀਅਤ ਦਿੱਤੀ ਹੈ ਪਰਮੇਸ਼ਰ ਨੇ। ਮਾਫੀ ਮੰਗਣਾ ਇਹ ਹੁੰਦਾ ਹੈ, ਚੁੱਕਣਾ ਇਹ ਹੁੰਦਾ ਹੈ। ਮਹਾਰਾਜ ਨੇ ਰਿਸ਼ਤੇ ਨਿਭਾਉਣ ਦੀ ਦੱਸੋ ਸਾਨੂੰ ਜਾਚ ਨਹੀਂ ਸਿਖਾਈ? ਵਿਆਹ ਪੁਰਬ ਦੇ ਦਿਨ ਜਾ ਰਹੇ ਬਾਬੇ ਨਾਨਕ ਦੇ, ਆਖੋ ਧੰਨ ਗੁਰੂ ਨਾਨਕ, ਉਹਨਾਂ ਦੇ ਵਿਆਹ ਪੁਰਬ ਦੇ ਦਿਨ ਜਾ ਰਹੇ ਨੇ ਮਹਾਰਾਜ ਜੀ ਦੇ, ਬਾਬਾ ਨਾਨਕ ਨੇ ਦੱਸੋ ਰਿਸ਼ਤੇ ਨਿਭਾਉਣ ਦੀ ਸਾਨੂੰ ਜਾਚ ਨਹੀਂ ਸਿਖਾਈ? ਪਿਤਾ ਕਾਲੂ ਮਾਰਦੇ ਚਪੇੜ, ਚਪੇੜ ਨਹੀਂ ਕਈਆਂ ਨੇ ਲਿਖਿਆ, ਚਪੇੜਾਂ ਮਾਰੀਆਂ, ਚਪੇੜਾਂ 20 ਰੁਪਈਆਂ ਪਿੱਛੇ, 20 ਰਜਤ ਪੰਨ ਸੀ ਜਿਹੜੇ
ਲੰਗਰ ਲਾ ਕੇ ਆ ਗਿਆ ਬਾਬਾ, ਖਰਾ ਸੌਦਾ ਕਰਕੇ ਆਇਆ। ਤੇ ਪਿਤਾ ਕਾਲੂ ਨੇ ਚਪੇੜਾਂ ਮਾਰਨੀਆਂ ਸ਼ੁਰੂ ਕੀਤੀਆਂ। ਵੇਖੋ ਬਾਪੂ ਨਾਨਕ ਚਪੇੜਾਂ ਖਾ ਰਹੇ ਨੇ, ਪਰ ਰਿਸ਼ਤਾ ਨਿਭਾਉਣ ਦੀ ਕਾਬਲੀਅਤ ਕਿੱਡੀ ਵੱਡੀ ਏ। ਚਪੇੜਾਂ ਖਾ ਰਹੇ, ਇਹ ਪੜ੍ਹਿਆ ਵੀ, ਇਹ ਸੁਣਿਆ ਵੀ, ਬਣਿਆ ਨੇ ਸੁਣਾਇਆ ਵੀ। ਦੱਸੋ ਕਿਤੇ ਇੱਕ ਜਗ੍ਹਾ ਤੇ ਤੁਸੀਂ ਪੜ੍ਹਿਆ ਹੋਵੇ, ਕਿਸੇ ਦੇ ਮੂੰਹ ਸੁਣਿਆ ਹੋਵੇ ਕਿ ਜਦੋਂ ਗੁਰੂ ਨਾਨਕ ਦੇ ਮੂੰਹ ਤੇ ਚਪੇੜਾਂ ਪੈ ਰਹੀਆਂ ਤੇ ਗੁਰੂ ਨਾਨਕ ਵੀ ਆਪਣੇ ਬਾਪੂ ਦੇ ਅੱਗੇ ਕੁਝ ਬੋਲੇ ਹੋਣ। ਇਹ ਨਹੀਂ ਪੜ੍ਹਿਆ, ਇਹ ਨਹੀਂ ਸੁਣਿਆ, ਇਹ ਕਿਸੇ ਨੇ ਸੁਣਾਇਆ ਵੀ ਨਹੀਂ, ਨਾ ਅਸੀਂ ਸੁਣਿਆ ਕਦੇ। ਕਮਾਲ ਦੀ ਗੱਲ, ਇਹ ਰਿਸ਼ਤਾ ਨਿਭਾਉਣ ਦਾ ਸਿਸਟਮ ਹੈ ਨਾ ਮਹਾਰਾਜ ਦਾ, ਸਾਨੂੰ ਸਿਖਾਇਆ ਕ੍ਰਿਸ਼ਤੀ ਬਣ ਕੇ। ਜੇ ਘਰ ਵਿੱਚ ਉਤਰਾਈ ਚੜ੍ਹਾਈ ਦਾ ਸਮਾਂ ਆ ਵੀ ਗਿਆ ਨਾ, ਕੋਈ ਐਵੇਂ ਬਹਿਸ ਦੇ ਵਿਸ਼ੇ ਨਾ ਬਣਾ, ਝੁੱਕ ਜਾ, ਕੋਈ ਫਰਕ ਨਹੀਂ ਪੈਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਕਦੀ ਨੋਟ ਕਰੋ, ਜਿਹੜਾ ਤਕੜੀ ਦਾ ਪੱਲੜਾ ਝੁੱਕਦਾ ਨਾ, ਭਾਰਾ ਉਹ ਹੀ ਹੁੰਦਾ, ਉਹਦੇ ਨਾਲ ਛੋਟਾ ਥੋੜੀ ਹੋਇਆ, ਉਹ ਤੇ ਭਾਰਾ ਹੈ, ਤਾਂ ਝੁੱਕ ਗਿਆ, ਤਾਂ ਝੁੱਕਿਆ। ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਪਰਿਵਾਰਕ ਤੌਰ ਤੇ ਰਿਸ਼ਤਿਆਂ ਨੂੰ ਨਿਭਾਉਣ ਦੀ ਕਾਬਲੀਅਤ ਆਪਣੇ ਅੰਦਰ ਰੱਖੋ। ਜੇ ਕਿਤੇ ਝੁਕਣਾ ਪੈ ਜੇ ਗਲਤੀ ਤੋਂ ਬਿਨਾਂ ਵੀ, ਤਾਂ ਵੀ ਝੁੱਕ ਜਾਓ। ਤੇਰੇ ਝੁਕਣ ਦੇ ਨਾਲ ਜੇ ਕਲੇਸ਼ ਵਾਲਾ ਸਮਾਂ ਟਲਦਾ ਤੇ ਝੁਕਣਾ ਕਿਹੜਾ ਮਾੜਾ ਹੋ ਗਿਆ? ਜੇ ਤੇਰੇ ਝੁਕਣ ਦੇ ਨਾਲ ਬਟਵਾਰੇ ਹੋਣ ਵਾਲਾ ਸਮਾਂ ਟਲਦਾ ਤੇ ਉਹ ਤੇਰਾ ਝੁਕਣਾ ਮਾੜਾ ਥੋੜੀ ਹੈ। ਜੇ ਤੇਰੇ ਦੋ ਮਿੱਠੇ ਬੋਲੇ ਹੋਏ ਬੋਲਾਂ ਦੇ ਨਾਲ ਵੱਡਿਆਂ ਦੀ ਅਸੀਸ ਤੈਨੂੰ ਮਿਲ ਜਾਂਦੀ ਤੇ ਉਹ ਬੋਲੇ ਮਿੱਠੇ ਬੋਲ ਮਾੜੇ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਬੜਾ ਤੁਹਾਨੂੰ ਹਲੂਣਾ ਵੀ ਦੇਵੇਗੀ ਔਰ ਕੰਮ ਵੀ ਆਏਗੀ ਔਰ ਇੰਨੀ ਸਪੋਰਟ ਦੇਵੇਗੀ। ਕਈ ਵਾਰੀ ਅਸੀਂ ਬੜੇ ਮਾਣ 'ਚ ਫਿਰਦੇ ਹਾਂ, ਆਹ ਮੇਰਾ, ਆਹ ਮੇਰਾ, ਆਹ ਮੇਰਾ। ਸੁਣਿਆ ਕਿਸੇ ਨੇ ਬੜਾ ਸੁੰਦਰ ਕਿਹਾ, ਕਹਿੰਦੇ ਨਾ ਮੇਰਾ ਇੱਕ ਹੋਏਗਾ, ਨਾ ਤੇਰਾ ਲੱਖ ਹੋਏਗਾ। ਸਮਾਂ ਇਹੋ ਜਿਹਾ ਆ ਜਾਣਾ, ਨਾ ਇੱਕ ਹੋਣਾ, ਨਾ ਲੱਖ ਹੋਣਾ, ਜਿੰਨਾ ਮਰਜ਼ੀ ਤੂੰ ਕਰੀ ਚੱਲ। ਨਾ ਮੇਰਾ ਇੱਕ ਹੋਏਗਾ, ਨਾ ਤੇਰਾ ਲੱਖ ਹੋਏਗਾ, ਨਾ ਤਾਰੀਫ ਤੇਰੀ ਹੋਏਗੀ ਤੇ ਨਾ ਮੇਰਾ ਮਜ਼ਾਕ ਹੋਏਗਾ। ਇੱਕ ਦਿਨ ਇਹੋ ਜਿਹਾ ਵੀ ਸਮਾਂ ਆ ਜਾਣਾ। ਗਰੂਰ ਨਾ ਕਰੇ ਬੰਦੇ ਆਪਣੇ ਸਰੀਰ ਦੇ ਉੱਤੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਫਿਰ ਮੈਂ ਰਿਪੀਟ ਕਰ ਰਿਹਾ, ਸੁਣਿਓ। ਨਾ ਮੇਰਾ ਇੱਕ ਹੋਏਗਾ, ਨਾ ਤੇਰਾ ਲੱਖ ਹੋਏਗਾ, ਨਾ ਮੇਰੀ ਤਾਰੀਫ ਹੋਏਗੀ, ਨਾ ਤੇਰਾ ਮਜ਼ਾਕ ਹੋਏਗਾ। ਗਰੂਰ ਨਾ ਕਰੇ ਬੰਦੇ ਆਪਣੇ ਸਰੀਰ ਦਾ, ਮੇਰਾ ਵੀ ਖਾਕ ਹੋਏਗਾ ਤੇ ਇੱਕ ਦਿਨ ਤੇਰਾ ਵੀ ਖਾਕ ਹੋਏਗਾ। ਖਾਕ ਹੀ ਹੋ ਜਾਣਾ, ਤੇ ਜੇ ਖਾਕ ਹੀ ਹੋ ਜਾਣਾ ਫਿਰ ਅਸੀਂ ਕਿਉਂ ਨਫ਼ਰਤ ਦੀਆਂ ਦੀਵਾਰਾਂ ਪੈਦਾ ਕਰਦੇ ਹਾਂ? ਕਿਉਂ? ਜੇ ਇੱਕ ਦਿਨ ਖਾਕ ਹੀ ਹੋਣਾ ਫਿਰ ਕਿਉਂ ਅਸੀਂ ਵੈਰ ਦੀਆਂ ਕੰਧਾਂ ਨਹੀਂ ਢਾਉਂਦੇ? ਫਿਰ ਕਿਉਂ ਅਸੀਂ ਅੰਮ੍ਰਿਤ ਵੇਲਾ ਨਹੀਂ ਸੰਭਾਲਦੇ? ਕਿਉਂ ਬਾਣੀ ਵਾਲੇ ਪਾਸੇ ਨਹੀਂ ਲੱਗਦੇ? ਜੇ ਇੱਕ ਦਿਨ ਖਾਕ ਹੀ ਹੋ ਜਾਣਾ, ਇਹਨੂੰ ਕੋਈ ਆਪਣਾ ਢੈਂਦੀ ਕਲਾ ਵਾਲੇ ਪਾਸੇ ਨਹੀਂ ਲੈਣਾ। ਪਰ ਹੈ ਤੇ ਸੱਚਾਈ ਹੈ ਨਾ, ਇੱਕ ਦਿਨ ਤੇ ਜਾਣਾ ਹੀ ਹੈ ਨਾ, ਜਾਣਾ ਕਿਸੇ ਨੇ ਅੱਜ, ਕਿਸੇ ਨੇ ਕੱਲ੍ਹ, ਇਹ ਤੇ ਚੱਲੋ ਚੱਲੀ ਦਾ ਮੇਲਾ। ਆਖੋ ਧੰਨ ਗੁਰੂ ਰਾਮਦਾਸ ਜੀ, ਗਰੂਰ ਨਾ ਕਰੇ ਬੰਦੇ ਆਪਣੇ ਸਰੀਰ ਦਾ, ਇੱਕ ਦਿਨ ਤੇਰਾ ਵੀ ਖਾਕ ਹੋਏਗਾ ਤੇ ਮੇਰਾ ਵੀ ਖਾਕ ਹੀ ਹੋਏਗਾ। ਬਸ ਨਿਮਰਤਾ, ਨਿਮਰਤਾ। ਔਰ ਮੈਂ ਕਈ ਵਾਰੀ ਕਹਿੰਦਾ, ਨਿਮਰਤਾ ਇਹ ਨਹੀਂ ਜੀ ਅਸੀਂ ਤੇ ਤੁਹਾਡੇ ਦਾਸਾਂ, ਇਹ ਨਿਮਰਤਾ ਜੀ? ਚਲੋ ਇਹ ਵੀ ਨਿਮਰਤਾ ਹੀ ਹੈ, ਮੂੰਹ ਕਹਿਤਾ, ਇਹ ਮੂੰਹ ਦੀ ਨਿਮਰਤਾ ਹੈ। ਇਹ ਸਭ ਗੁਰੂ ਦੀ ਕਿਰਪਾ, ਇਹ ਸਭ ਗੁਰੂ ਦੀ ਕਿਰਪਾ ਹੈ, ਇਹ ਸਭ ਮਿਹਰਾਂ ਨੇ ਬਾਬਾ ਜੀ ਦੀਆਂ ਜੀ।
ਮੂੰਹੋਂ ਕਿਹਾ। ਚਲੋ ਚੰਗੀ ਗੱਲ ਹੈ, ਕਹਿਣਾ ਚਾਹੀਦਾ, ਮੂੰਹੋਂ ਵੀ ਕਹੋ ਕਹਿਣਾ ਚਾਹੀਦਾ, ਪਰ ਜੇ ਇਕੱਲਾ ਮੂੰਹ ਤੋਂ ਕਿਹਾ ਅੰਦਰ ਬਸ ਆਹ ਚੱਲਦਾ, ਵੇਖਿਆ ਫੱਟੇ ਚੱਕਦੇ ਨੇ, ਮੈਂ ਆਖੋ ਧੰਨ ਗੁਰੂ ਰਾਮਦਾਸ। ਬਾਬਾ ਕਹਿੰਦਾ ਦੁਨੀਆਂ ਨੂੰ ਉੱਤੋਂ ਤੋਂ ਕਹਿ ਕੇ ਬੁੱਧੂ ਬਣਾ ਲਿਆ, ਪਰ ਮੈਨੂੰ ਨੀ ਬਣਾ ਸਕਦਾ ਤੂੰ। ਜੋ ਮੂੰਹੋਂ ਕਿਹਾ ਅੰਦਰੋਂ ਵੀ ਤਾਂ ਕਹਿ, ਅੰਦਰੋਂ ਵੀ ਤਾਂ ਕਹਿ। ਅਸੀਂ ਕਹਿੰਦੇ ਸਭ ਬਾਬਾ ਜੀ ਦੀ ਕਿਰਪਾ ਹੈ, ਸਭ ਗੁਰੂ ਦੇਵ ਜੀ ਦੀ ਕਿਰਪਾ, ਗੁਰੂ ਕਿਰਪਾ ਨਾਲ ਆਹ ਕੰਮ ਹੋ ਗਿਆ। ਗੁਰੂ ਕਿਰਪਾ ਦੇ ਅੰਦਰ ਚੱਲਦਾ ਹੁੰਦਾ, ਵੇਖਿਆ ਮੈਂ ਕੀਤਾ ਮੈਂ। ਉਹ ਮੂੰਹੋਂ ਵੀ ਕਹਿ ਚੰਗੀ ਗੱਲ, ਤੇ ਜੇ ਮੂੰਹੋਂ ਨਹੀਂ ਵੀ ਕਿਹਾ ਨਾ, ਅੰਦਰੋਂ ਕਹਿ ਰਿਹਾ ਨਾ, ਬਾਬਾ ਕਹਿੰਦਾ ਪ੍ਰਮਾਣ ਹੈ ਤੂੰ, ਪ੍ਰਮਾਣ ਤੇਰਾ ਰੋਮ ਰੋਮੇ ਕਹਿੰਦਾ ਤੇਰੀ ਕਿਰਪਾ, ਤੇਰੀ ਕਿਰਪਾ, ਤੇਰੀ ਕਿਰਪਾ, ਤੇਰਾ ਰੋਮ ਰੋਮ ਕਹਿੰਦਾ, ਦੁਨੀਆਂ ਵੇਖਦੀ ਨਹੀਂ ਵੇਖਦੀ, ਪਰ ਮੈਂ ਵੇਖ ਰਿਹਾ ਤੇਰਾ ਇੱਕ ਇੱਕ ਕੀਤਾ ਕਰਮ, ਮੈਂ ਵੇਖ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਦੁਨੀਆਂ ਦੇ ਟੈਗ ਲੈ ਕੇ ਕੁਝ ਨਹੀਂ ਜੇ ਬਣਦਾ, ਤੇ ਦੁਨੀਆਂ ਦੀ ਪਰਵਾਹ ਵੀ ਨਾ ਕਰਿਆ ਕਰੋ। ਲੋਕ ਕੀ ਕਹਿਣਗੇ ਜਦੋਂ ਭੁੱਖੇ ਮਰਦੇ, ਸਾਡੇ ਘਰ ਕੋਈ ਰਾਸ਼ਨ ਨਹੀਂ ਪਾ ਕੇ ਜਾਂਦਾ, ਹੈਂਜੀ ਦੱਸੋ ਪਾ ਕੇ ਜਾਂਦੇ ਨੇ, ਫਿਰ ਅਸੀਂ ਕਿਉਂ ਪਰਵਾਹ ਕਰੀਏ? ਜੇ ਉਹਨਾਂ ਨੂੰ ਸਾਡੀ ਪਰਵਾਹ ਨਹੀਂ, ਸਾਨੂੰ ਕਿਉਂ ਪਰਵਾਹ ਹੈ? ਕਦੀ ਵੀ ਇਹਨਾਂ ਦੀ ਪਰਵਾਹ ਨਾ ਕਰੋ। ਕਈ ਕਹਿੰਦੇ ਜੀ ਦੁਨੀਆਦਾਰੀ ਵੇਖਣੀ ਪੈਂਦੀ, ਫਿਰ ਦੁਨੀਆਦਾਰੀ ਵੇਖ ਲਓ, ਗੁਰੂ ਨੂੰ ਛੱਡ ਦਿਓ, ਤੇ ਜੇ ਗੁਰੂ ਪਿਤਾ ਵੱਲ ਮੁੱਖ ਕਰ ਲਿਆ ਜੇ ਨਾ, ਫਿਰ ਦੁਨੀਆਂ ਦੀ ਪਰਵਾਹ ਨਾ ਕਰੋ। ਰਿਸ਼ਤੇ ਨਿਭਾਓ, ਜ਼ਰੂਰ ਜ਼ਰੂਰ ਨਿਭਾਉਣੇ ਨੇ, ਜੋ ਬਾਪੂ ਜੀ ਨੇ ਕਿਰਪਾ ਕੀਤੀ ਹੈ ਇਹ ਰਿਸ਼ਤੇ ਨਾਤੇ ਬਣਾਏ ਨਿਭਾਓ, ਪਰ ਇਹਨਾਂ ਦੀ ਐਡੀ ਵੀ ਪਰਵਾਹ ਨਾ ਕਰੋ ਕਿ ਤੁਹਾਡੇ ਅੰਦਰ ਹੀ ਇਹ ਸਾੜ ਕੇ ਰੱਖ ਦੇ, ਇੰਨਾ ਸਿਸਟਮ ਬਣਾ ਦੇ ਤੁਹਾਡਾ ਜਿਹੜਾ ਦਿਮਾਗ ਹੈ ਉਹਨੂੰ ਹੀ ਇੱਕਦਮ ਰੋਕ ਦੇ, ਇੰਨੀ ਪਰਵਾਹ ਨਾ ਕਰੋ। ਅਗਲੀ ਗੱਲ ਸੁਣੇ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹਦੇ ਨਾਲ ਇਹ ਗੱਲ ਮੇਲ ਖਾ ਰਹੀ, ਦੇਖੋ ਪਿਆਰਿਓ, ਜਿੰਦਾ ਇਨਸਾਨ ਨੂੰ ਡੇਗਣ ਵਿੱਚ ਤੇ ਮਰੇ ਹੋਏ ਨੂੰ ਚੱਕਣ ਵਿੱਚ ਗਜਬ ਦੀ ਏਕਤਾ ਵਿਖਾਉਂਦੇ ਹਾਂ ਅਸੀਂ। ਕਿਸੇ ਜਿੰਦਾ ਇਨਸਾਨ ਨੂੰ ਡੇਗਣਾ ਹੋਵੇ ਨਾ, ਸਾਰੇ ਇਕੱਠੇ ਹੋ ਜਾਂਦੇ, ਇਹਦੀ ਚੜ੍ਹਦੀ ਕਲਾ ਕਿਉਂ, ਇਹਨੂੰ ਡੇਗਣਾ। ਦਿਮਾਗੀ ਤੌਰ ਤੇ ਵੀ ਪਰੇਸ਼ਾਨ ਕਰਾਂਗੇ, ਸਰੀਰਕ ਤੌਰ ਤੇ ਵੀ ਟੋਰਚਰ ਕਰਾਂਗੇ, ਡਿੱਗ ਪਵੇ। ਤੇ ਜੇ ਉਹ ਹੀ ਬੰਦਾ ਮਰਿਆ ਪਿਆ, ਉਹਨੂੰ ਚੁੱਕਣ 'ਚ ਵੀ ਏਕਤਾ ਵਿਖਾਉਂਦੇ, ਮੈਂ ਮੋਢਾ ਦੇਣਾ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਸੱਚਾਈ ਹੈ, ਜਿੰਦਾ ਇਨਸਾਨ ਨੂੰ ਡੇਗਣ ਵਿੱਚ ਤੇ ਮਰੇ ਹੋਏ ਨੂੰ ਚੱਕਣ ਵਿੱਚ ਲੋਕ ਬੜੀ ਏਕਤਾ ਵਿਖਾਉਂਦੇ ਨੇ, ਤੇ ਕਿੰਨਾ ਚੰਗਾ ਹੋਵੇ ਇਹ ਏਕਤਾ ਜਿੰਦਾ ਇਨਸਾਨਾਂ ਨੂੰ ਚੱਕਣ ਵਿੱਚ ਵਿਖਾਓ ਜੀ, ਇਹ ਏਕਤਾ ਜਿੰਦਾ ਇਨਸਾਨਾਂ ਨੂੰ ਚੱਕਣ ਵਿੱਚ ਵਿਖਾਓ। ਅੱਜ ਜੇ ਕੋਈ ਤਰੱਕੀ ਕਰਦਾ, ਉਹਦੇ ਰਾਹ 'ਚ ਰੁਕਾਵਟ ਨਾ ਪਾਓ, ਜੇ ਉਹਦੀ ਸਪੋਰਟ ਨਹੀਂ ਨਾ ਕਰ ਸਕਦੇ, ਰਾਹ 'ਚ ਰੁਕਾਵਟ ਨਹੀਂ ਨਾ ਪਾਓ, ਅਬਲ ਤੇ ਸਪੋਰਟ ਕਰੋ, ਤੇ ਜੇ ਸਪੋਰਟ ਨਹੀਂ ਰੁਕਾਵਟ ਵੀ ਨਾ ਪਾਓ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅਰਦਾਸ ਕਰੋ, ਬਾਬਾ ਸ਼ੁਕਰ ਹੈ ਤੇਰੇ ਚਰਨਾਂ ਨਾਲ ਜੋੜਦਾ, ਕਿਵੇਂ ਵੀ ਜੋੜਦਾ, ਜੋੜ ਤੇ ਰਿਹਾ ਨਾ, ਇਹਨੂੰ ਹੋਰ ਵਧਾ, ਇਹਨੂੰ ਹੋਰ ਦੇ, ਇਹਦੇ ਪੈਰਾਂ ਪਿੱਛੇ ਮੈਨੂੰ ਵੀ ਭਾਗ ਲਾ। ਨਾਨਕ ਨਾਮ ਛੱਡਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਸੱਚੀ ਗੱਲ, ਜਿੰਨਾ ਦੂਜਿਆਂ ਨੂੰ ਡੇਗਣ ਵਿੱਚ ਜ਼ੋਰ ਲਾਉਂਦੇ ਹੋ ਨਾ, ਉਹਨਾਂ ਜ਼ੋਰ ਆਪਣੇ ਆਪ ਨੂੰ ਚੱਕਣ 'ਚ ਲਾ ਲਿਆ ਕਰੋ, ਆਪਣੀ ਤਰੱਕੀ ਵੱਲ ਲਾਓ ਜੀ। ਇਹ ਮੇਰੀ ਬੇਨਤੀ ਹੈ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ, ਸਭ ਇੱਕ ਵਾਰੀ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਇਸ ਪਾਵਨ ਪਵਿੱਤਰ ਸਥਾਨ ਤੇ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਤੇ ਇਕੱਤਰਿਤ ਹੋਇਆ।
ਔਰ ਬੇਅੰਤ ਪਰਿਵਾਰਕ ਮੈਂਬਰ ਇਸ ਵੇਲੇ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਅਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਜੁੜੇ ਨੇ। ਜਿਹੜੇ ਪਰਿਵਾਰਕ ਮੈਂਬਰ ਇੱਥੇ ਬੈਠੇ ਉਹਨਾਂ ਦੇ ਚਰਨਾਂ 'ਤੇ ਵੀ ਅਤੇ ਜਿਹੜੇ ਘਰਾਂ 'ਚ ਬੈਠੇ ਉਹਨਾਂ ਦੇ ਚਰਨਾਂ 'ਤੇ ਵੀ ਮੈਂ ਸਿਰ ਝੁਕਾ ਕੇ ਮੱਥਾ ਟੇਕ ਰਿਹਾ। ਮੇਰਾ ਟਿੱਕਿਆ ਮੱਥਾ ਕਰੋ, ਪ੍ਰਵਾਨ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਤੇ ਇਹ ਜਿਹੜਾ ਯੂਟਿਊਬ ਦਾ ਲਿੰਕ ਹੈ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਸ਼ੁਕਰਾਨਾ ਸਮਾਗਮ 'ਚ ਹੋਰਾਂ ਦੀ ਵੀ ਹਾਜ਼ਰੀ ਲੱਗ ਜੇ। ਜੋੜਨ ਵਰਗਾ ਪੁੰਨ ਕੋਈ ਨਹੀਂ ਤੇ ਤੋੜਨ ਵਰਗਾ ਪਾਪ ਕੋਈ ਨਹੀਂ। ਜੋੜੋ, ਵੱਧ ਤੋਂ ਵੱਧ ਲਿੰਕ ਸ਼ੇਅਰ ਕਰੋ। ਆਓ, ਭਗਤ ਕਬੀਰ ਜੀ ਦੀ ਮੁਬਾਰਕ ਰਸਨਾ ਤੋਂ ਨਿਕਲੇ ਇਹ ਮਿੱਠੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 482 ਨੰਬਰ ਅੰਗ ਦੇ ਉੱਤੇ ਦਰਜ ਬਾਬੇ ਨਾਨਕ ਦੇ ਵਿਆਹ ਪੁਰਬ ਦੇ ਦਿਨ ਜਾ ਰਹੇ ਨੇ। ਤੇ ਆਓ ਬੜੇ ਪਿਆਰ 'ਚ ਅਸੀਂ ਵਿਆਹ ਦਾ ਹੀ ਸ਼ਬਦ ਪੜ੍ਹਨਾ ਹੈ, ਜੋ ਵਿਆਹਾਂ ਸ਼ਾਦੀਆਂ 'ਚ ਪੜ੍ਹਦੇ ਨੇ ਨਾ ਆਨੰਦ ਕਾਰਜ ਦੇ ਸਮੇਂ। ਗੁਰਮੁਖ ਪਿਆਰੇ ਸ਼ਬਦ ਗਾਓ ਗਾਓ ਦੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਜਿਨ੍ਹਾਂ ਨੇ ਗੁਰਬਾਣੀ ਡਾਊਨਲੋਡ ਕੀਤੀ ਮੋਬਾਈਲਾਂ 'ਚ ਕੱਢ ਲਓ, ਉਦਾਂ ਮੋਬਾਈਲ ਕਰਨੇ ਸੁਣਨੇ ਨਹੀਂ, ਫੇਸਬੁੱਕਾਂ ਵਟਸਐਪ ਨਹੀਂ ਚਲਾਉਣੀਆਂ, ਸ਼ਬਦ ਪੜ੍ਹਨ ਲਈ ਬੇਸ਼ੱਕ ਕੱਢਣਾ ਮੋਬਾਈਲ ਕੱਢ ਲਓ। ਆਓ ਬੜੇ ਪਿਆਰ 'ਚ ਇਹ ਸ਼ਬਦ ਗਾਈਏ। ਤੇ ਅੱਜ ਬਾਬੇ ਨਾਨਕ ਦੇ ਵਿਆਹ ਦੀਆਂ ਆਪਾਂ ਗੱਲਾਂ ਕਰਾਂਗੇ, ਖੁਸ਼ੀਆਂ ਦੀਆਂ ਗੱਲਾਂ ਕਰਾਂਗੇ। ਸਤਿਗੁਰੂ ਸੇਵਾ ਲੈਣ ਕਰਿਓ ਜੀ ਕਿਰਪਾ ਪਿਆਰ ਦੇ ਨਾਲ। ਰਾਮ ਪਤਾਰਾ, ਮੇਰੇ ਗ੍ਰਹਿ
अपने कर आया थान सुखाया कारज शब्द सवारे ज्ञान महारस नितरी अंजन तिर पवन रूप दिखाया सखी बिलो रस मंगल गावो हम कर साजन
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਸੰਗ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਨੇਮਰ ਬੇਨਤੀ। ਹਰ ਐਤਵਾਰ ਅਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ ਪੰਜ ਪਾੜ ਜਪਜੀ ਸਾਹਿਬ, ਦੋ ਪਾੜ ਚੁਪਈ ਸਾਹਿਬ, ਇੱਕ ਪਾੜ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾ ਤੇ, ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ। ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ, ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ, ਉਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, 11:15 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ, ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੁਪਈ ਸਾਹਿਬ ਜੀ ਦੇ ਨਾਲ, 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3:15 ਤੱਕ ਦਾਸ ਕੀਰਤਨ ਦੀ ਹਾਜ਼ਰੀ, 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲੇ, ਉਹ ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ, ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਇੱਕ ਦੀ ਅਰਜ਼ੀ
ਕਬੂਲ ਕਰ ਲੈਣੀ ਹੈ, ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤਾਂ ਇਹ ਨਵੀਂ ਚਿੱਪ ਆ ਗਈ ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਅਤੇ ਚੁਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ 9879509004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿੱਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ, ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਅਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ 'ਤੇ ਵੀ ਚੱਲਦਾ ਹੈ, ਭਾਵੇਂ ਉਹਨਾਂ ਨੰਬਰਾਂ 'ਤੇ ਸੰਪਰਕ ਕਰ ਲਿਓ ਅਤੇ ਜਿਹੜਾ ਮੈਂ ਬੋਲਿਆ 9875509004 ਭਾਵੇਂ ਉਹਦੇ 'ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ ਚੌਥੀ ਕਿਤਾਬ ਹੈ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ।